ਮੇਰਾ ਬੋਲ ਇਸ ਲੱਖਣਾ ਸੀ ਚਾਹੀਦਾ। ਅੱਜ ਇੱਕ ਲਾਈਕ ਇਸ ਵੀਰ ਲਈ ਜ਼ਰੂਰ ਕਰ ਦਿਓ। ਜੋ ਵੀਡੀਓ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਮ ਘਰ ਦਾ ਮੁੰਡਾ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਫੋਰਨ ਜਾਂਦਾ ਹੁੰਦਾ, ਬਾਹਰਲੇ ਦੇਸ਼ ਜਾਂਦਾ ਹੁੰਦਾ। ਅਤੇ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਜਦੋਂ ਕੋਈ ਪੰਜਾਬੀ ਮੁੰਡਾ ਜਾਂ ਕੁੜੀ ਬਾਹਰੇ ਜਾਂਦੇ ਨੇ ਤਾਂ ਉਹਨਾਂ ਲਈ ਵੱਡੀਆਂ ਗੱਡੀਆਂ ਕਰਵਾਈਆਂ ਜਾਂਦੇ ਨੇ, ਉੱਪਰ ਸਮਾਨ ਲੱਦਿਆ ਜਾਂਦਾ। ਪਰ ਇਸ ਮੁੰਡੇ ਦੀ ਘਰ ਦੀ ਗਰੀਬੀ ਕਾਰਨ ਇਸ ਮੁੰਡੇ ਦਾ ਸਮਾਨ ਆ ਜਿਹੜਾ ਕਿ ਸਕੂਟਰੀ ਦੇ ਉੱਪਰ ਰੱਖ ਕੇ ਏਅਰਪੋਰਟ ਤੱਕ ਛੱਡਿਆ ਜਾਂਦਾ ਹੈਗਾ। ਜੋ ਕਲਿੱਪ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ। ਅਤੇ ਲੋਕ ਵੀ ਕਮੈਂਟ ਬਾਕਸ ਦੇ ਵਿੱਚ ਇਸ ਬਾਈ ਨੂੰ ਵਧਾਈਆਂ ਦਿੰਦੇ ਪਏ ਨੇ, ਬਾਈ ਤੂੰ ਬਾਹਰ ਜਾਂਦਾ ਪਿਆ, ਤੈਨੂੰ ਬੈਸਟ ਆਫ ਲੱਕ ਹੈਗਾ। ਅਤੇ ਲੋਕ ਇਹ ਵੀ ਕਹਿੰਦੇ ਪਏ ਨੇ ਕਿ ਇੰਨੀਆਂ ਵਧਾਈਆਂ ਤਾਂ ਇੱਕ ਜਦੋਂ ਕਿਸੇ ਕੈਨੇਡਾ ਦਾ ਵੀਜ਼ਾ ਆ ਜਾਂਦਾ ਉਸ ਨੂੰ ਨਹੀਂ ਮਿਲਦੀਆਂ, ਜਿੰਨੀਆਂ ਇਸ ਨੂੰ ਆਮ ਦੇਸ਼ ਵਿੱਚ ਜਾਣ ਦੇ ਕਾਰਨ ਹੀ ਵਧਾਈਆਂ ਮਿਲਦੀਆਂ ਪਈਆਂ ਨੇ। ਅਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀਆਂ ਬੈਸਟ ਵਿਸ਼ ਜ਼ਰੂਰ ਦਿਓ। ਬਾਕੀ ਤੁਸੀਂ ਅੱਗੇ ਵੀ ਸਾਰੀ ਵੀਡੀਓ ਦੇਖ ਸਕਦੇ ਹੋ। ਬਾਪੂ ਦਾ ਗਲਾ।